ゲラゲラニテナゲラゲラゲラショガラガラテゴリエニテナゲラニテナゲラ ਦੇਸ਼ ਭਰ ਵਿੱਚ ਕਈ ਐਸੇ ਦਿਵਿਆਂਗ ਬੱਚੇ ਹਨ ਜਿਨ੍ਹਾਂ ਦੀ ਦੇਖਭਾਲ ਲਈ ਅਤੇ ਇਹਨਾਂ ਬੱਚਿਆਂ ਨੂੰ ਕਾਬਿਲ ਬਣਾਉਣ ਦੇ ਲਈ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਦਿਵਿਆਂਗ ਬੱਚਿਆਂ ਲਈ ਸਪੈਸ਼ਲ ਸੈਂਟਰ ਬਣਾਏ ਗਏ ਹਨ। ਗੁਰਦਾਸਪੁਰ ਵਿੱਚ ਵੀ ਇੱਕ ਦਿਵਿਆਂਗ ਬੱਚਿਆਂ ਲਈ ਸਪੈਸ਼ਲ ਰਿਸੋਰਸ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਵਿੱਚ ਕਿ ਇਸ ਵਕਤ 42 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿੱਚ ਚੱਲਣ ਫਿਰਨ ਤੋਂ ਅਸਮਰੱਥ ਸੁਣਨ ਬੋਲਣ ਤੋਂ ਅਸਮਰੱਥ ਨੇਤਰਹੀਣ ਬੱਚੇ ਸ਼ਾਮਿਲ ਹਨ। ਇਹਨਾਂ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਐਕਸਰਸਾਈਜ਼ ਸਰੀਰਕ ਥੈਰੇਪੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਤੰਦਰੁਸਤ ਹੋ ਸਕਣ। ਉੱਥੇ ਅਧਿਆਪਕ ਰਜਨੀ ਸ਼ਰਮਾ ਨੇ ਦੱਸਿਆ ਕਿ ਸਕੂਲ ਵਿੱਚ ਕਾਫੀ ਟੈਲੈਂਟਡ ਬੱਚੇ ਹਨ। ਉਹਨਾਂ ਨੇ ਕਿਹਾ ਕਿ ਮਾਪੇ ਅਜਿਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅਣਗੌਲਿਆ ਨਾ ਕਰਨ। ਅਜਿਹੇ ਬੱਚਿਆਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਪੈਸ਼ਲ ਰਿਸੋਰਸ ਸੈਂਟਰਾਂ ਵਿੱਚ ਭੇਜਿਆ ਜਾਵੇ ਤਾਂ ਜੋ ਇਹ ਬੱਚੇ ਵੀ ਆਪਣਾ ਭਵਿੱਖ ਬਣਾ ਸਕਣ ਅਤੇ ਆਮ ਬੱਚਿਆਂ ਵਾਂਗ ਜ਼ਿੰਦਗੀ ਜੀ ਸਕਣ। ਇਹ ਸਕੂਲ ਸਮੱਗਰ ਸਿੱਖਿਆ ਅਭਿਆਨ ਦੇ ਅੰਦਰ ID ਕੰਪੋਨੈਂਟ ਵੱਲ ਚਲਾਇਆ ਜਾ ਰਿਹਾ। ਜ਼ਿਲ੍ਹਾ ਸਪੈਸ਼ਲ ਸਕੂਲ ਆਪਣਾ ਡਿਸੇਬਿਲਿਟੀ ਬੱਚਿਆਂ ਵਾਸਤੇ, ਜਿਹਦੇ ਵਿੱਚ ਕਿ ਸਾਡੇ ਕੋਲ ਮਲਟੀਪਲ ਡਿਸੇਬਿਲਿਟੀ ਦੇ ਬੱਚੇ ਆਉਂਦੇ ਆ, ਹੇਅਰਿੰਗ ਅਪੇਡ ਦੇ ਬੱਚੇ ਆਉਂਦੇ ਆ, ਔਰਥੋਪੇਡ ਦੇ ਬੱਚੇ ਆ, ਸੇਰੇਬਲ ਪੋਲਸੀ ਦੇ ਬੱਚੇ ਆ, ਮੈਂਟਲੀ ਟਾਟਡ ਇੰਟਲੈਕਚੁਅਲ ਡਿਸੇਬਿਲਿਟੀ, ਇਹ ਸਾਰੇ ਬੱਚਿਆਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਇਹਨਾਂ ਦਾ ਇੱਕ ਇੰਡੀਵਿਜੁਅਲ ਐਜੂਕੇਸ਼ਨ ਪਲਾਨ ਬਣਾਇਆ ਜਾਂਦਾ ਜਿਹਦੇ ਦੌਰਾਨ ਇਹਨਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਡੇਲੀ ਐਕਟੀਵਿਟੀਜ਼ ਕਰਵਾਈ ਜਾਂਦੀਆਂ ਬੱਚਿਆਂ ਨੂੰ, ਔਰ ਬੱਚਿਆਂ ਨੂੰ ਇਹਨਾਂ ਦੇ ਆਪਣਾ ਡੇਲੀ ਰੂਟੀਨ ਦੇ ਵਿੱਚ ਜੋ ਵੀ ਵਰਕ ਹੁੰਦੇ ਆ ਉਹਨਾਂ ਦੀ ਪ੍ਰੈਕਟਿਸ ਜਿਹੜੀ ਡੇਲੀ ਟੂ ਡੇਲੀ ਕਰਵਾਉਂਦੇ ਹਾਂ ਅਸੀਂ। ਬਾਕੀ ਫਿਜ਼ੀਓਥੈਰੇਪੀ ਜਿਹੜੀ ਹੈ ਬੱਚਿਆਂ ਦੀ MD ਬੱਚਿਆਂ ਦੀ ਹੁੰਦੀ ਹੈ, ਦੂਸਰਾ CP ਬੱਚਿਆਂ ਦੀ ਹੁੰਦੀ ਹੈ, ਔਰ ਲੋਕੋਮੋਟਰ ਬੱਚਿਆਂ ਦੀ ਹੁੰਦੀ ਜਿਹੜੀ ਕਿ ਤੁਸੀਂ ਆਲਰੇਡੀ ਦੇਖ ਕੇ ਆਏ ਉੱਥੇ, ਉਹ ਡੇਲੀ ਇਹਨਾਂ ਦੀ ਅਸੀਂ 11 ਵਜੇ ਤੋਂ ਲੈ ਕੇ ਅਤੇ 1 ਵਜੇ ਤੱਕ ਲਗਾਤਾਰ ਕਰਵਾਈ ਦੀ ਹੈ। ਦੂਸਰਾ MR ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਟੂਲਸ ਹੈਗੇ ਆ ਉਹਦੇ ਤੋਂ ਇਹਨਾਂ ਨੂੰ ਅਸੀਂ ਡੇਲੀ ਪ੍ਰੈਕਟਿਸ ਕਰਵਾਉਂਦੇ ਹਾਂ, ਔਰ ਹੇਅਰਿੰਗ ਅਪੇਡ ਬੱਚਿਆਂ ਦੀ ਉਹਨਾਂ ਦੀ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਡੇਲੀ ਰੂਟੀਨ ਦੇ ਵਿੱਚ ਜਿਹੜੇ ਵਰਡ ਯੂਜ਼ ਹੁੰਦੇ ਆ ਉਹਨਾਂ ਦੀ ਡੇਲੀ ਸਪੀਚ ਥੈਰੇਪੀ ਕਰਵਾਉਂਦੇ ਆ, ਔਰ ਬੱਚੇ ਜਿਹੜੇ ਆ ਕਾਫੀ ਪਿਕਅਪ ਕਰਦੇ ਪਏ ਉਹਨਾਂ ਨੂੰ। ਬੱਚੇ ਸਾਡੇ ਕੋਲ ਇਸ ਵੇਲੇ 42 ਹੈਗੇ ਆ, ਇੱਕ ਮੈਨਿਊ ਉਹਨਾਂ ਦਾ ਸੈੱਟ ਹੈਗਾ ਗਵਰਨਮੈਂਟ ਵੱਲੋਂ ਜਿਹੜਾ, ਉਹਦੇ ਅਕੋਰਡਿੰਗਲੀ ਉਹਨਾਂ ਦਾ ਡੇਲੀ ਮਿਡ ਡੇ ਮੀਲ ਬਣਦਾ, ਔਰ ਬੱਚੇ ਡੇਲੀ ਆਪਣਾ ਖਾਣਾ ਲੈਂਦੇ ਆ ਪ੍ਰੋਪਰ। ਉਹਨਾਂ ਨੂੰ ਬੱਚਿਆਂ ਨੂੰ ਇਹਨਾਂ ਨੂੰ ਅਪਲਾਈਸਿਸ ਦਿੱਤੇ ਜਾ ਰਹੇ ਜਿਸ ਤਰ੍ਹਾਂ ਵੀਲ ਚੇਅਰਸ ਹੈ, ਟ੍ਰਾਈਸਾਈਕਲ ਹੈ, ਹੋਰ ਵਾਕਰਸ ਹੈ, ਫਿਰ ਬੱਚਿਆਂ ਦੇ ਲੱਗਦੇ ਆ ਕੈਲੀਪਰਸ ਲੱਗਦੇ ਆ, ਹੇਅਰਿੰਗ ਅਪੇਡ ਬੱਚਿਆਂ ਨੂੰ ਮਸ਼ੀਨਾਂ ਮਿਲੀਆਂ, ਜਿਹੜੇ ਬਲਾਇੰਡ ਬੱਚੇ ਆ ਉਹਨਾਂ ਵਾਸਤੇ ਸਮਾਰਟ ਕਿੱਟ ਔਰ ਸਮਾਰਟ ਕੇਨ ਵਗੈਰਾ। ਹੁਣ ਇਸ ਵਾਰੀ ਤਾਂ ਜਿਹੜਾ ਸਾਡੇ ਕੈਂਪ ਲੱਗੇ ਸੀਗੇ ਉਹਦੇ ਵਿੱਚ ਬੱਚਿਆਂ ਨੂੰ ਸਮਾਰਟ ਫੋਨ ਵੀ ਆਏ ਆ ਡੇਲੀ ਯੂਜ਼ ਕਰਨ ਵਾਸਤੇ। ਉਹਨਾਂ ਨੂੰ ਅਪੀਲ ਇਹੀ ਕਰਨਾ ਚਾਹੁੰਦਾ ਕਿ ਉਹਨਾਂ ਬੱਚਿਆਂ ਨੂੰ ਅਣਗਹਿਲਾ ਨਾ ਕਰੋ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਲਿਆਓ, ਇੱਥੇ ਸਾਰੇ ਸਪੈਸ਼ਲ ਐਜੂਕੇਟਡ ਬੈਠੇ ਆ, ਟ੍ਰੇਨਡ ਟੀਚਰਸ ਬੈਠੇ ਆ, ਅਤੇ ਉਹ ਸਾਰੇ ਬੱਚੇ ਇਹਨਾਂ ਨੂੰ ਮੈਂ ਕਿ ਉਹਨਾਂ ਬੱਚਿਆਂ ਨੂੰ ਫੈਸਿਲਿਟੀ ਦੇਣ ਵਾਸਤੇ ਔਰ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਬੈਠੇ ਆ, ਪੜ੍ਹਾਉਣ ਵਾਸਤੇ ਬੈਠੇ ਆ, ਤਾਂ ਕਿ ਬੱਚੇ ਆਪਣੇ ਡੇਲੀ ਰੂਟੀਨ ਦੇ ਵਿੱਚ ਆ ਕੇ ਔਰ ਆਮ ਬੰਦਿਆਂ ਆਮ ਬੱਚਿਆਂ ਵਾਂਗੂ ਜਿਹੜਾ ਕਿ ਆਪਣਾ ਗੁਜ਼ਾਰਾ ਕਰਨ ਅਤੇ ਉਹ ਕਰਨ। ਇੱਥੇ 2 ਸਪੈਸ਼ਲ ਐਜੂਕੇਟਡ ਹੈ, ਬਾਕੀ 4 ਸਾਡੇ ਕੋਲ ਵੋਲੰਟੀਅਰਸ ਹੈ ਜਿਹੜੇ ਹੈਲਪਰਸ ਹੈ। ਰੋਂਦੇ ਆਓਗੇ ਤੇ ਹੱਸਦੇ ਜਾਓਗੇ, ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ। ਗੁਰੂ ਰਾਜਾ ਸਾਈਂ ਜੀ, 99-150-150, ਪਤਾ ਲੁਧਿਆਣਾ, ਗੈਟ ਯੂ ਐਕਸ ਲਵ ਬੈਕ ਇਨ ਯੂਰ ਲਾਈਫ, 100% ਗਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ, ਖੋਇਆ ਹੋਇਆ ਪਿਆਰ ਵਾਪਸ ਪਾਉਣਾ, ਲਵ ਮੈਰਿਜ 'ਚ ਰੁਕਾਵਟ, ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਤਲਾਕ ਕੇਸ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ 'ਚ ਪੱਕਾ ਹੋਣਾ, ਇਮੀਗ੍ਰੇਸ਼ਨ ਮਸਲੇ, ਜਾਂ ਤੋਂ ਟੋੜੇ ਦਾ ਜੜ ਤੋਂ ਖਾਤਮਾ, ਮੋਨੀ ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਆਪਣੇ ਵਾਸ 'ਚ ਕਰੋ, ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ, ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੋਬਾਈਲ ਨੰਬਰ 99-150-150।